ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਪੰਜਾਬ ਵੈਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਮੌਸਮ ਦੀ ਗੱਲ ਕਰਾਂਗੇ ਅੱਜ ਰਾਤ ਦੀ ਅੱਜ 21 ਅਪ੍ਰੈਲ ਕਿ ਅੱਜ ਦੇਰ ਸ਼ਾਮ ਤੋਂ ਲੈ ਕੇ ਲਗਭਗ 7 ਵਜੇ ਤੋਂ ਲੈ ਕੇ ਕੱਲ ਸਵੇਰ ਤੱਕ ਪੂਰੀ ਰਾਤ ਪੰਜਾਬ ਦੇ ਮੌਸਮ 'ਤੇ ਕੀ ਹਲਚਲ ਹੋਵੇਗੀ ਤੋ ਪਹਿਲਾ ਉਹਨਾਂ ਇਲਾਕਿਆਂ ਦੀ ਗੱਲ ਕਰਦਾ ਜਿਨ੍ਹਾਂ ਦੇ ਵਿੱਚ ਆਪਾਂ ਨੂੰ ਢੇਰ ਸ਼ਾਮ ਲਗਭਗ 7 ਵਜੇ ਦੇ ਆਸ-ਪਾਸ ਤੋਂ ਜਾਂ 6-7 ਵਜੇ ਤੋਂ ਲੈ ਕੇ ਅਗਲੇ ਘੰਟਿਆਂ ਤੱਕ ਬੱਦਲਬਾਈ ਨਾਲ ਮੌਸਮ ਵਿੱਚ ਵਿਗੜਨ ਦੇ ਜਾਂ ਮੌਸਮ ਦੇ ਵਿੱਚ ਬਦਲਾ ਆਉਣ ਦੇ ਅਸਰ ਨੇ ਤਾਂ ਸਭ ਤੋਂ ਪਹਿਲਾ ਇਲਾਕਾ ਮੁਕਸਰ ਸਾਹਿਬ ਦੇ ਹੋਗੇ ਬਠਿੰਡੇ ਦੇ ਮਾਨਸੇ ਦੇ ਤਾਂ ਨਾਲ ਲੱਗਦੇ ਫਰੀਦਕੋਟ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਆਪਾਂ ਨੂੰ ਢੇਰ ਸ਼ਾਮ ਦੇ ਆਸ-ਪਾਸ ਬੱਦਲਾਂ ਦੀ ਗਰਜ ਚਮਕ ਨਾਲ ਤੇਜ਼ ਛਰਾਟੇ ਦਰਮੀਂ ਦੇਖਣ ਨੂੰ ਮਿਲ ਸਕਦਾ ਹੈ ਕਈ ਇਲਾਕਿਆਂ ਦੇ ਵਿੱਚ ਤੇਜ਼ ਹਨੇਰੀ ਵੀ ਚੱਲ ਸਕਦੀ ਹੈ ਤੇ ਹੋ ਸਕਦਾ ਹੈ ਕਿ ਇੱਕ ਦੋ ਭਾਗ ਇਨ੍ਹਾਂ ਜ਼ਿਲ੍ਹਿਆਂ ਦੇ ਕੁਝ ਭਾਗਾਂ ਵਿੱਚ ਗੜੇਮਾਰੀ ਵੀ ਹੋਣ ਦੇ ਸਾਰ ਬਣ ਸਕਦੇ ਨੇ ਤੇ ਇਹ ਬਦਲ ਵਾਈ ਸਿਸਟਮ ਹੈ ਜਿਹੜਾ ਇਸ ਤੋਂ ਬਾਅਦ ਫਰੀਦਕੋਟ ਕੁਝ ਭਾਗ ਫਿਰੋਜ਼ਪੁਰ ਦੇ ਮੋਗਾ ਜ਼ਿਲ੍ਹਾ ਬਰਨਾਲਾ ਸੰਗਰੂਰ ਪਟਿਆਲਾ ਤੋਂ ਲੈ ਕੇ ਫਤਿਹਗੜ੍ਹ ਸਾਹਿਬ ਲੁਧਿਆਣਾ ਮੋਗਾ ਜ਼ਿਲ੍ਹਾ ਕੁਝ ਭਾਗ ਜਲੰਧਰ ਦੇ ਅਤੇ ਐਸਬੀਐਸ ਨਗਰ ਚੰਡੀਗੜ੍ਹ ਫਤਿਹਗੜ੍ਹ ਸਾਹਿਬ ਤੱਕ ਦੇ ਇਲਾਕਿਆਂ ਤੱਕ ਲਗਭਗ ਅੱਧੀ ਰਾਤ ਦੇ ਆਸ-ਪਾਸ ਤੱਕ ਜਾਂ ਅੱਧੀ ਰਾਤ ਤੋਂ ਕੁਝ ਸਮਾਂ ਬਾਅਦ ਇਹਨਾਂ ਇਲਾਕਿਆਂ ਤੱਕ ਪਹੁੰਚ ਜਾਵੇਗਾ ਸੋ ਇਹਨਾਂ ਸਾਰੇ ਹੀ ਇਲਾਕਿਆਂ ਦੇ ਵਿੱਚ ਆਪਾਂ ਨੂੰ ਰਾਤ ਦੇ ਸਮੇਂ ਬਰਸਾਤੀ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ ਬੱਦਲਾਂ ਦੀ ਗਰਜ ਚਮਕ ਦੇਖਣ ਨੂੰ ਮਿਲੇਗੀ ਅਤੇ ਮੀਂਹ ਹਲਕੇ ਤੋਂ ਲੈ ਕੇ ਦਰਮਿਆਨਾ ਤੇ ਕੁਝ ਇਲਾਕਿਆਂ ਵਿੱਚ ਤੇਜ਼ ਸ਼ਰਾਟੇਦਾਰ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਤੇ ਨਾਲ ਹਨੇਰੀ ਦੇ ਅਸਰ ਇਹਨਾਂ ਇਲਾਕਿਆਂ ਵਿੱਚ ਰਾਤ ਦੇ ਸਮੇਂ ਬਣੇ ਰਹਿਣਗੇ ਜਿਹੜੇ ਇਲਾਕਿਆਂ ਦੀ ਗੱਲ ਕਰੀਏ ਵੀ ਜਿਆਦਾ ਵਿਸਾਰ ਹੋਣਗੇ ਤਾਂ ਉਹਦੇ ਵਿੱਚ ਮੁਖਤਰ ਸਾਹਿਬ ਬਠਿੰਡਾ ਮਾਨਸਾ ਸੰਗਰੂਰ ਬਰਨਾਲਾ ਮੋਗਾ ਜ਼ਿਲ੍ਹਾ ਤੇ ਫਰੀਦਕੋਟ ਦੇ ਇਲਾਕੇ ਹੋਣਗੇ ਕੁਝ ਭਾਗ ਪਟਿਆਲੇ ਦੇ ਸੋ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਅਲਰਟ ਦੇ ਤੌਰ ਤੇ ਕੁਝ ਹਿੱਸਿਆਂ ਵਿੱਚ ਜਿਆਦਾ ਤੇਜ਼ ਹਨੇਰੀ ਤੂਫਾਨ ਚੱਲ ਸਕਦਾ ਹੈ ਕੁਝ ਇਲਾਕਿਆਂ ਵਿੱਚ ਮੀਂਹ ਵੀ ਕੁਝ ਸਮੇਂ ਲਈ ਮੀਂਹ ਦੇ ਹਾਲਕੀ ਸਪੈਲੇ ਛੋਟਾ ਹੋਵੇਗਾ ਪਰ ਤੇਜ਼ ਸ਼ਰਾਟੇ ਦਾ ਮੀਂਹ ਇਨ੍ਹਾਂ ਭਾਗਾਂ ਵਿੱਚ ਦੇਖਣ ਨੂੰ ਕੁਝ ਹਿੱਸਿਆਂ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਤੇ ਉਸ ਤੋਂ ਬਿਨਾ ਤਰਨਤਨ ਸਾਹਿਬ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਇਹ ਇਲਾਕੇ ਫਿਲਹਾਲ ਠੀਕ ਬਣੇ ਰਹਣਗੇ ਇਨ੍ਹਾਂ ਇਲਾਕਿਆਂ ਵਿੱਚ ਅੱਧੀ ਰਾਤ ਤੱਕ ਕੋਈ ਜ਼ਿਆਦਾ ਹਲਚਲ ਹੋਣ ਦੇ आसार ਨਹੀਂ ਹਨ ਪਰ ਹਵਾਵਾਂ ਇਨ੍ਹਾਂ ਦੱਖਣੀ ਇਲਾਕਿਆਂ ਦੇ ਵਿੱਚ ਉੱਤਰ ਦੇਸ਼ਾਂ ਤੋਂ ਤੇਜ਼ ਗਤੀ ਤੇ ਚੱਲਦੀਆਂ ਰਹਿਣਗੀਆਂ ਜਿਨ੍ਹਾਂ ਦੀ ਗਤੀ 15 ਤੋਂ ਲੈ ਕੇ 30-35 ਕਿਲੋਮੀਟਰ ਤੱਕ ਹੋ ਸਕਦੀ ਹੈ ਬੱਦਲ ਹਾਲਾਂਕਿ ਬਣੇ ਰਹਿਣਗੇ ਕੁਝ ਹਿੱਸਿਆਂ ਵਿੱਚ ਕਿਣਮਣ ਹੋ ਸਕਦੀ ਹੈ ਪਰ ਅੱਧੀ ਰਾਤ ਤੋਂ ਬਾਅਦ ਇਨ੍ਹਾਂ ਇਲਾਕਿਆਂ ਵਿੱਚ ਮਾਝਾ ਤੇ 도ਬੇ ਦੇ ਖੇਤਰਾਂ ਵਿੱਚ ਅੱਧੀ ਰਾਤ ਤੋਂ ਲੈ ਕੇ ਤੜਕੇ ਸਵੇਰ ਸਮੇਂ ਤੱਕ ਮੌਸਮ ਦੀ ਹਲਚਲ ਖੌਣ ਦੇ ਆਸਾਰ ਵੀ ਥੋੜੇ ਬਹੁਤ ਵਧ ਰਹੇ ਨੇ ਤੇ ਉਸ ਤੋਂ ਬਾਅਦ ਗੱਲ ਕਰੀ ਉੱਤਰੀ ਇਲਾਕਿਆਂ ਜਿਵੇਂ ਹੁਸ਼ਿਆਰਪੁਰ ਹੋ ਗਿਆ ਜਾਂ ਕਪੂਰਥਲਾ ਜਲੰਧਰ ਦੇ ਕੁਝ ਭਾਗ ਹੋ ਗਏ ਨਵਾਂ ਸ਼ਹਿਰ ਹੋ ਗਿਆ ਰੂਪਨਗਰ ਨੰਗਲ ਆਨੰਦਪੁਰ ਸਾਹਿਬ ਦੇ ਇਲਾਕੇ ਐਸਬੀਐਸ ਨਗਰ ਤਾਂ ਇਹਨਾਂ ਇਲਾਕਿਆਂ ਦੇ ਵਿੱਚ ਵੀ ਅੱਧੀ ਰਾਤ ਤੋਂ ਬਾਅਦ ਹੀ ਮੌਸਮ ਵਿੱਚ ਬਦਲਾਅ ਆਉਣ ਦੇ ਚਾਂਸ ਥੋੜੇ ਬਹੁਤ ਵੱਧ ਰਹੇ ਨੇ ਬਾਕੀ ਅੱਧੀ ਰਾਤ ਤੱਕ ਮੌਸਮ ਇਹਨਾਂ ਇਲਾਕਿਆਂ ਵਿੱਚ ਠੀਕ ਰਹੇਗਾ ਹਵਾਵਾਂ ਇਹਨਾਂ ਇਲਾਕਿਆਂ ਦੇ ਵਿੱਚ ਵੀ ਉੱਤਰ ਦਿਸ਼ਾ ਤੋਂ ਹੀ ਤੇਜ਼ ਗਤੀ ਤੇ ਚਲਦੀਆਂ ਰਹਿਣਗੀਆਂ ਸੋਦੇ ਕੋਲ ਮੜਾ ਕੇ ਕਿਸੇ ਤਾਂ ਪੰਜਾਬ ਦੇ ਆਪਾਂ ਨੂੰ 50 ਤੋਂ ਲੈ ਕੇ 70% ਇਲਾਕਿਆਂ ਵਿੱਚ ਮੌਸਮ ਰਾਤ ਦੇ ਸਮੇਂ ਬਦਲਦਾ ਹੋਇਆ ਦੇਖਣ ਨੂੰ ਮਿਲ ਸਕਦਾ ਹੈ ਬਖਬਖ ਸਮੇਂ ਦੌਰਾਨ ਬਖਬਖ ਇਲਾਕਿਆਂ ਦੇ ਵਿੱਚ ਮੌਸਮ ਬਦਲੇਗਾ ਗਰਜ ਚਮਕ ਹਨੇਰੀ ਨਾਲ ਮੀਂਹ ਅਤੇ ਕੁਝ ਹਿੱਸਿਆਂ ਵਿੱਚ ਗੜੇਮਾਰੀ ਹੋਣ ਤੋਂ ਆਪਾਂ ਇਨਕਾਰ ਨਹੀਂ ਕਰ ਸਕਦੇ ਬਾਕੀ ਜੋ ਕੱਲ ਦੀ ਅਪਡੇਟ ਆਵੇ ਕੱਲ ਦੀ ਵੀਡੀਓ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਉਸ ਤੋਂ ਤੱਕ ਲਈ ਧੰਨਵਾਦ ਜੀ